पिछले दिनी खन्ना विखे फड़ी गई नजायज शराब फैक्ट्री के मामले में खन्ना पुलिस ने हुण एक सीनियर कांग्रेस नेता कुलविंदर सिंह नूं गिरफ्तार किया है। अज पुलिस वालों कुलविंदर सिंह नूं अदालत विच पेश किया है। दस दईए कि कुलविंदर सिंह दे कई वड्डे कांग्रेसी नेतावां नाल फोटोआं भी सोशल मीडिया ते वायरल ने। कुलविंदर सिंह नूं अदालत विखे पेश करन आए पुलिस अधिकारी ने किसी भी राजनीतिक दखल तो इनकार किया है। ਜਿਹੜਾ ਮੁਕੱਦਮਾ ਨੰਬਰ ਆਪਣਾ 50 ਪਹਿਲਾਂ ਦਰਜ ਹੋਇਆ ਸੀ ਨਾ ਜੀ, ਫੈਕਟਰੀ ਵਾਲਾ ਸ਼ਰਾਬ ਦੀ ਪਹਿਲੀ ਫੈਕਟਰੀ ਵਾਲਾ, ਉਹਦੇ ਵਿੱਚ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਅਤੇ ਅੱਜ ਪੇਸ਼ ਕਰ ਰਹੇ ਹਾਂ। ਇਹਨੇ 200 ਪੇਟੀਆਂ ਲੈ ਕੇ ਅੱਗੇ ਦਿੱਤੀਆਂ ਸੀਗੀਆਂ ਲੁਧਿਆਣੇ ਕਿਸੇ ਟੋਨਾ ਨਾਮ ਦੇ ਵਿਅਕਤੀ ਨੂੰ ਦਿੱਤੀਆਂ ਸੀਗੀਆਂ। ਹਾਂਜੀ, ਅਤੇ ਕੀ ਇਹਦਾ ਵੀ ਵਿੱਚ ਫੈਕਟਰੀ ਦੇ ਵਿੱਚ ਹੈਗਾ ਵੀ ਇਹ ਮਾਲਕ? ਫੈਕਟਰੀ ਤੋਂ ਸਪਲਾਈ ਲੈਂਦਾ ਸੀ ਜੀ, ਸਪਲਾਈ ਲੈਂਦਾ ਸੀ। ਅੱਛਾ ਜੀ, ਅਤੇ ਹੁਣ ਤੱਕ ਇਹ ਤੋਂ ਕਿੰਨੀਆਂ ਕੁ ਬਰਾਮਦ ਹੋ ਚੁੱਕਿਆ ਜੀ? ਕੁਛ ਅਜੇ ਤੱਕ ਬਰਾਮਦ ਕੁਛ ਨਹੀਂ ਹੋਇਆ, ਸਭ ਸਪਲਾਈ ਕਰ ਦਿੱਤੀਆਂ ਨੇ, ਬਰਾਮਦ ਵੀ ਕੁਛ ਨਹੀਂ ਹੋਇਆ। ਕੁੱਲ ਕਿੰਨੇ ਬੰਦੇ ਪਕੜੇ ਗਏ ਜੀ? ਕੁੱਲ ਇਹ 8ਵਾਂ ਬੰਦਾ ਜੀ, ਅਤੇ ਬਾਕੀਆਂ ਤਾਂ ਰੇਡ ਜਾਰੀ ਹੈ ਸਰ। ਅਤੇ ਕੋਈ ਕਿਸੇ ਪੋਲੀਟੀਕਲ ਬੰਦੇ ਦੀ ਵੀ ਇਨਵੋਲਵਮੈਂਟ ਨਜ਼ਰ? ਨਹੀਂ, ਫਿਲਹਾਲ ਤਾਂ ਅਜੇ ਤੱਕ ਪੋਲੀਟੀਕਲ ਦਾ ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ, ਅਸੀਂ ਆਪਣਾ ਅਸੀਂ ਕੰਮ ਕਰ ਰਹੇ ਹਾਂ। ਨਹੀਂ ਨਹੀਂ, ਪ੍ਰੈਸ਼ਰ ਨਹੀਂ, ਕੋਈ ਪੋਲੀਟੀਕਲ ਬੰਦਾ ਵੀ ਵਿੱਚ ਇਨਵੋਲਵ ਹੋਇਆ ਕਿ ਨਹੀਂ? ਫਿਲਹਾਲ ਕੋਈ ਪੋਲੀਟੀਕਲ ਬੰਦਾ ਨਹੀਂ। ਕਾਂਗਰਸੀ ਲੀਡਰ ਪੁਰਾਣਾ ਮੰਨਿਆ ਜਾ ਰਿਹਾ? ਹਾਂਜੀ ਹਾਂਜੀ, ਜਿਹੜਾ ਕੁਲਵਿੰਦਰ ਸਿੰਘ ਕਾਲਾ ਵੀ ਕਾਂਗਰਸੀ ਲੀਡਰ, ਤੁਹਾਨੂੰ ਵੀ ਪਤਾ ਹੀ ਹੈ ਪੁਰਾਣਾ। ਹਾਂ, ਇਸਦੇ ਆਪਣੇ ਨਾਲ ਸੰਪਰਕ ਹੋਣਗੇ, ਲੇਕਿਨ ਸਾਨੂੰ ਇਸਦੇ ਆਪਣੇ ਸੰਪਰਕ ਹੋਣਗੇ ਪੋਲੀਟੀਕਲ ਲੀਡਰਾਂ ਨਾਲ, ਲੇਕਿਨ ਸਾਨੂੰ ਉਹਦੇ ਵਿੱਚ ਕੋਈ ਪ੍ਰੈਸ਼ਰ ਨਹੀਂ ਹੈ। ਹਾਂਜੀ, ਦੂਜੇ ਪਾਸੇ ਖੰਨਾ ਦੇ ਇੱਕ ਅਕਾਲੀ ਨੇਤਾ ਨੇ ਇਸ ਮਾਮਲੇ ਦੀ ਉੱਚ ਸਤਰ ਤੇ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰ ਦੇ ਖਜ਼ਾਨੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਦਵਿੰਦਰ ਜੀ, ਜਿਹੜੇ ਕਾਂਗਰਸੀ ਲੀਡਰ ਨੂੰ ਨਜਾਇਜ਼ ਸ਼ਰਾਬ ਫੈਕਟਰੀ ਮਾਮਲੇ ਵਿੱਚ ਪਕੜਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਰੌਲਾ ਪਾਉਂਦੇ ਹਾਂ ਅਖਬਾਰਾਂ 'ਚ ਵੀ। ਅਸੀਂ ਥੋੜ੍ਹੇ ਦਿਨ ਪਹਿਲਾਂ ਵੀ SSP ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ, ਉਹ 'ਚ ਇਹੀ ਬੇਨਤੀ ਕਰੀ ਸੀ ਕਿ ਤੁਸੀਂ ਜਿਹੜੇ ਛੋਟੇ ਮੱਛੀਆਂ ਨੇ ਛੋਟੀਆਂ ਉਹਨਾਂ ਨੂੰ ਫੜ ਰਹੇ ਹੋ, ਵੱਡੇ ਮਗਰ ਮੱਛ ਜਿਹੜੇ ਪਾਰਟੀ ਨਾਲ ਮੌਜੂਦਾ ਸਰਕਾਰ ਨਾਲ ਕਾਂਗਰਸ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਤੁਸੀਂ ਫੜ ਨਹੀਂ ਰਹੇ, ਕਿਉਂਕਿ ਜੋ ਕਰਿੰਦੇ ਨੇ ਉਹ ਤਾਂ ਐਡੇ ਐਡੇ ਵੱਡੀਆਂ ਫੈਕਟਰੀਆਂ, ਕਰੋੜਾਂ ਦੀਆਂ ਫੈਕਟਰੀਆਂ ਤਾਂ ਚਲਾ ਨਹੀਂ ਸਕਦੇ। ਇਹ ਕੋਈ ਵੱਡੇ ਇਹਨਾਂ ਦੇ ਪਿੱਛੇ ਲੋਕ ਨੇ, ਵੱਡੀਆਂ ਤਾਕਤਾਂ ਨੇ, ਕਿਉਂਕਿ ਹੁਣ ਤਾਂ ਸਾਫ਼ ਹੀ ਹੋ ਗਿਆ ਜੋ ਕੁਲਵਿੰਦਰ ਸਿੰਘ ਕਾਲਾ ਕੱਦੂ ਦਾ ਇੱਕ ਫੜਿਆ ਗਿਆ ਕਾਂਗਰਸੀ ਆਗੂ, ਉਹਨਾਂ ਦੇ ਸੰਬੰਧ ਤੁਸੀਂ ਆਪ ਤੁਸੀਂ ਪ੍ਰੈਸ ਵਾਲੇ ਵੀਰ ਕੱਢ ਕੇ ਦੇਖ ਲਿਓ, ਉਹਨਾਂ ਦੀਆਂ ਫੋਟੋਆਂ ਦੇਖ ਲਿਓ, ਸਾਡੇ ਕੋਲ ਵੀ ਅਸੀਂ ਵੀ ਉਹਨਾਂ ਦੇ ਫੇਸਬੁੱਕਾਂ ਤੋਂ ਕੱਢੀਆਂ ਨੇ ਫੋਟੋਆਂ, ਜੋ ਕਦੇ ਕੈਪਟਨ ਸਾਹਿਬ ਨਾਲ, ਕਿਤੇ ਪ੍ਰਧਾਨ ਬਾਜਵਾ ਸਾਹਿਬ ਨਾਲ, ਕਿਤੇ ਆਹ ਦੇਖੋ ਬਿੰਟੂ ਨਾਲ, ਇਹਨਾਂ ਦੀਆਂ ਸਾਰੀਆਂ ਫੋਟੋਆਂ ਜੋ ਅਸੀਂ ਫੇਸਬੁੱਕ ਤੋਂ, ਇਹਨਾਂ ਦੀਆਂ ਫੇਸਬੁੱਕ ਤੋਂ ਅਸੀਂ ਫੋਟੋਆਂ ਕੱਢ ਕੇ ਦੇਖੀਆਂ ਨੇ, ਇਹਨਾਂ ਦੇ ਵੱਡੇ ਕਾਂਗਰਸੀ ਆਗੂ ਨੇ, ਇਹਨਾਂ ਦੇ ਸੰਬੰਧ ਨੇ, ਨੇੜਲੇ ਸੰਬੰਧ ਨੇ। ਸੋ ਅਸੀਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਹਾਂ ਕਿ ਇਹਦੇ ਪਿੱਛੇ ਵੱਡੇ ਕਾਂਗਰਸੀ ਆਗੂਆਂ ਦਾ ਹੱਥ ਹੈ, ਉਹਨਾਂ 'ਤੇ ਨੱਥ ਪਾਉਣੀ ਚਾਹੀਦੀ ਆ, ਕਿਉਂਕਿ ਵੱਡਾ ਮਾਲੀਆ ਪੰਜਾਬ ਦਾ ਬਹੁਤ ਵੱਡਾ, ਕਿਉਂਕਿ ਜੇ ਅਸੀਂ FIR ਦੇ ਮੁਤਾਬਕ ਜਾਈਏ ਤਾਂ 1000 ਪੇਟੀ ਰੋਜ਼ ਦੀ ਖੰਨੇ ਦੀ ਸ਼ਰਾਬ ਜੋ ਨਕਲੀ ਸ਼ਰਾਬ ਬਣਦੀ ਸੀ ਉਹ ਫੈਕਟਰੀ 'ਚੋਂ ਨਿਕਲਦੀ ਸੀ, ਤਾਂ ਲਗਭਗ ਇੱਕ ਪੇਟੀ ਮਗਰ 1000 ਰੁਪਏ ਦਾ ਨੁਕਸਾਨ ਮਾਲੀਏ ਦਾ ਹੁੰਦਾ ਸੀ। ਰੋਜ਼ ਦੀ 1000 ਪੇਟੀ ਨੂੰ ਗੁਣਾ ਕਰ ਲਓ ਤੁਸੀਂ, ਇੱਕ ਦਿਨ ਦਾ ਜੇ 10 ਲੱਖ ਰੁਪਈਆ ਲਾਈਏ ਤਾਂ 3 ਕਰੋੜ ਦਾ ਮਹੀਨੇ ਦਾ ਨੁਕਸਾਨ ਸਰਕਾਰ ਨੂੰ ਹੁੰਦਾ ਸੀ। 3 ਫੈਕਟਰੀਆਂ ਪੰਜਾਬ 'ਚ ਫੜੀਆਂ ਜਾ ਚੁੱਕੀਆਂ ਨੇ। ਸਿਹਤ ਦਾ ਵੀ ਜੇ ਤੁਹਾਨੂੰ ਗੱਲ ਕਰੀਏ ਕਿ ਨਕਲੀ ਸ਼ਰਾਬ ਨਾਲ ਜਿੱਥੇ ਲੋਕਡਾਊਨ ਚੱਲ ਰਿਹਾ ਸੀ, ਅਸੀਂ ਸਰਕਾਰਾਂ ਨੂੰ ਤਾਂ ਇਹ ਫਿਕਰ ਪਿਆ ਸੀ ਲੋਕਾਂ ਦੀ ਜਾਨ ਬਚਾਈ ਕਿਵੇਂ ਜਾਵੇ, ਪਰ ਇਹ ਲੋਕ ਨਕਲੀ ਸ਼ਰਾਬ ਦਾ ਧੰਦਾ ਕਰਕੇ ਘਰ ਘਰ ਸ਼ਰਾਬ ਪਹੁੰਚਾ ਕੇ ਉਹਨਾਂ ਨੂੰ ਮਾਰਨ ਦਾ ਕੰਮ ਕਰ ਰਹੇ ਸੀ, ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਸੀ। ਸੋ ਅਸੀਂ ਫਿਰ ਬੇਨਤੀ ਕਰਦੇ ਹਾਂ ਕੈਪਟਨ ਸਾਹਿਬ ਨੂੰ, ਬੇਨਤੀ ਵੀ ਕਰਦੇ ਹਾਂ, ਅਗਾਹ ਵੀ ਕਰਨਾ ਚਾਹੁੰਦੇ ਹਾਂ, ਚੇਤਾਵਨੀ ਵੀ ਦਿੰਦੇ ਹਾਂ ਕਿ ਤੁਸੀਂ ਆਪਣੇ ਇਹੋ ਜਿਹੇ ਜੋ ਮਾੜੇ ਅਨਸਰ ਨੇ ਜੋ ਸ਼ਰਾਬ ਦੇ ਕਾਰੋਬਾਰ ਜਾਂ ਨਸ਼ੇ ਦੇ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਓ, ਸਾਡੇ ਸਮਾਜ ਨੂੰ ਸਹੀ ਸੇਧ ਦਿਓ, ਸਮਾਜ ਨੂੰ ਬਚਾ ਲਓ, ਪੰਜਾਬ ਦੀ ਜਵਾਨੀ ਨੂੰ ਬਚਾ ਲਓ। ਤੁਸੀਂ ਵੱਡੇ ਵੱਡੇ ਦਾਅਵੇ ਤਾਂ ਹੁਣ ਤੱਕ ਕਰਦੇ ਰਹੇ, ਵੱਡੀਆਂ ਸਹੁਹਾਂ ਤੁਸੀਂ ਖਾਧੀਆਂ ਕਿ ਅਸੀਂ ਪੰਜਾਬ ਨੂੰ ਨਸ਼ੇ ਤੋਂ ਬਚਾਵਾਂਗੇ, ਪਰ ਦੇਖਿਆ ਪਿਛਲੇ ਦਿਨੀ ਜਦ ਲੋਕਡਾਊਨ ਦੌਰਾਨ ਠੇਕੇ ਬੰਦ ਸੀ, ਤੁਸੀਂ ਬੜੇ ਤਰਲੋ ਮੱਛੀ ਹੁੰਦੇ ਰਹੇ, ਠੇਕੇ ਖੋਲ੍ਹਣ ਬਾਬਤ ਬਹੁਤ ਤਰਲੋ ਮੱਛੀ ਹੁੰਦੇ ਰਹੇ, ਪਰ ਇਹ ਤੁਸੀਂ ਦੇਖੋ ਜੇ ਠੇਕੇ ਖੋਲ੍ਹਣ ਦੀ ਇੰਨੀ ਉਹ ਤੁਹਾਨੂੰ ਇੱਛਾ, ਇਹ ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਨੱਥ ਪਾਓ, ਲੋਕਾਂ ਦੀ ਜਾਨ ਬਚਾਓ। ਸੋ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਹੋਰ ਬਹੁਤ ਵੱਡੀਆਂ ਤਾਕਤੀਆਂ, ਵੱਡੇ ਕਾਂਗਰਸ ਆਗੂ ਇਸ ਦੇ ਪਿੱਛੇ ਨੇ, ਉਹਨਾਂ ਤੱਕ ਵੀ ਤਹਿ ਤੱਕ ਜਾਣ ਦੀ ਲੋੜ ਆ। ਅਸੀਂ ਮੰਗ ਵੀ ਕਰਦੇ ਹਾਂ ਕਿ ਇਹਦੀ ਨਿਆਇਕ ਜਾਂਚ ਵੀ ਹੋਣੀ ਚਾਹੀਦੀ ਆ, CBI ਜਾਂਚ ਵੀ ਹੋਣੀ ਚਾਹੀਦੀ ਆ, ਕਿ ਬਹੁਤ ਵੱਡੇ ਹਲੇ ਫਿਰ ਇਹ ਛੋਟੇ ਆਗੂ ਨੇ, ਇਹ ਤੋਂ ਵੱਡੇ ਵੱਡੇ ਆਗੂ ਵੀ ਅੱਗੇ ਆਉਣਗੇ ਜੇ ਇਹਦੀ ਸਹੀ ਤਰੀਕੇ ਨਾਲ ਜਾਂਚ ਹੋ ਜਾਵੇ। ਖੰਨਾ ਤੋਂ ਜਾਗਰਤੀ ਲਹਿਰ ਦੇ ਲਈ ਪਰਮਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ।